ਲਫਜ਼ਾਂ ਦੀ ਤਾਕਤ ਅੱਜ ਦੀ ਕਹਾਣੀ ਦਾ ਸਰਨਾਮ ਹੈ। ਫਿਰ ਦੁਹਰਾ ਦਿੰਦਾ, ਲਫਜ਼ਾਂ ਦੀ ਤਾਕਤ। ਅੰਮਾ ਮੇਰੀ, ਅੰਮੀ ਦੀ ਮਾਂ ਜਾਣੇ ਮੇਰੀ ਨਾਨੀ ਨੇ ਜਬਰੂ ਨਿਜ਼ਾਮ ਵੇਖੇ ਹੋਏ ਸਨ। ਮੈਂ ਨਾਨੀ ਦੀਆਂ ਅੱਖਾਂ ਵੇਖਦਾ ਰਹਿੰਦਾ। ਉੱਥੇ ਗੋਲ ਮੋਟੇ ਸ਼ੀਸ਼ਿਆਂ ਦੀ ਐਨਕ ਲੱਗੀ ਹੁੰਦੀ, ਉਹਦੇ ਵਿੱਚੋਂ ਅੰਮਾ ਦੀਆਂ ਅੱਖਾਂ ਕਿਤੇ ਬਹੁਤ ਦੂਰ ਵਿਖਾਲੀ ਦਿੰਦੀਆਂ। ਮੈਂ ਹੋਰ ਨੀਚਦਾ ਤਾਂ ਉਹ ਦੋਵੇਂ ਇੱਕ ਹੋ ਕੇ ਡੂੰਘਾ ਖੂਹ ਬਣ ਜਾਂਦੀਆਂ। ਮੈਂ ਅੰਮਾ ਨੂੰ ਐਨਕ ਲਾਹਣ ਦਾ ਆਖਦਾ, ਉਹ ਨਾ ਮੰਨਦੀ। ਮੈਂ ਅੜੀ ਕਰਦਾ, ਉਹ ਥੋੜ੍ਹਾ ਗੁੱਸੇ ਹੁੰਦੀ। ਕਾਲੀ ਮੈਨੂੰ ਦਿਸਣਾ ਨਹੀਂ, ਅੰਮਾ ਦਿਸੇਗਾ, ਮੈਂ ਭੰਡੀ ਪਾਣੀ। ਅੰਮਾ ਨੇ ਪਲ ਲਈ ਐਨਕ ਲਾਹਣੀ ਅਤੇ ਮੈਂ ਉਹਦੀਆਂ ਅੱਖਾਂ ਵਿੱਚ ਗੌਂ ਨਾਲ ਵੇਖਣ ਦਾ ਯਤਨ ਕਰਨਾ। ਕਾਲੀ, ਮੇਰੀਆਂ ਅੱਖਾਂ ਅੱਗੇ ਹਨੇਰਾ ਹੋ ਗਿਆ, ਮੈਨੂੰ ਕੁਝ ਨਹੀਂ ਪਿਆ ਦਿਸਦਾ। ਉਹਨੇ ਐਨਕ ਲਾ ਲੈਣੀ ਅਤੇ ਬਰੀਕ ਤਾਰੀਆਂ ਵਾਲੀ ਚਾਦਰ ਸਿਰ 'ਤੇ ਸਵਾਰੀ ਕਰਕੇ ਬੁੱਕਲ ਮਾਰ ਲੈਣੀ। ਅੰਮਾ ਪਤਲੀ ਜਿਹੀ ਸੀ, ਰੰਗ ਪੱਕਾ ਸੀ, ਪਰ ਵਿੱਚੋਂ ਲਾਲੀ ਦੀ ਭੈ ਵੱਜਦੀ ਸੀ। ਕਾਲਾ ਨਹੀਂ ਤਾਂ ਲਾਖਾ ਜ਼ਰੂਰ ਆਖ ਸਕਦੇ ਸਾਂ। ਨੈਣ ਨਕਸ਼ ਉਮਰ ਵਡੇਰੀ ਹੋ ਕੇ ਵੀ ਨਾ ਫਿੱਕੇ ਪਏ ਸਨ ਅਤੇ ਨਾ ਮਿਟੇ ਲੱਗਦੇ ਸਨ। ਤ੍ਰਿਖੇ ਅਤੇ ਜਗਦੇ ਮਗਦੇ ਸਨ। ਦੋਵਾਂ ਕੰਨਾਂ ਵਿੱਚ ਚੀਲਕਾਂ ਹੁੰਦੀਆਂ ਸਾਸੂ, ਵਟਿਆਂ ਵਿੱਚ ਵਾਲੇ, ਕੁੜਤਾ ਪਾਉਂਦੀ ਸੀ ਬਰੀਕ ਮਗਜ਼ੀ ਵਾਲਾ, ਗਲਮੇ ਦੀ ਫੱਟੀ ਸਿੱਧੀ, ਰੰਗ ਬਹੁਤਾ ਗੇਰਵਾ, ਬਿਸਕੁਟੀ ਜਿਹਾ ਆਖ ਲਵੋ, ਲੱਕ ਚਾਦਰ ਹੋਣੀ ਨੀਲੀ ਪਾਪਲੈਨ ਦੀ ਟੇਂਗ ਵਾਲ ਅਤੇ ਪੈਰੀਂ ਕੰਨਿਆਂ ਵਾਲੀ ਜੁੱਤੀ, ਬੜੀ ਬਾਂਕੀ ਜਿਹੀ। ਪੱਬਾਂ ਅਤੇ ਅੱਡੀਆਂ ਉੱਤੇ ਬੂਟੀ ਕੜੀਜੀ ਹੋਈ, ਹੁੱਕਾ ਬੜਾ ਪੀਂਦੀ ਸੀ। ਕੋਈ ਹਿੰਦੁਸਤਾਨਾ ਸਨ ਹਾਫਜ਼ਿਆਣੀਆਂ, ਉਹਨਾਂ ਵੱਲ ਜਾਂਦੀ ਅਤੇ ਉਹਨਾਂ ਪਾਨ ਜ਼ਰੂਰ ਲਾ ਕੇ ਦੇਣਾ ਤੰਬਾਕੂ ਵਾਲਾ। ਬੜੇ ਸ਼ੌਕ ਨਾਲ ਖਾਂਦੀ ਸੀ, ਕਈ ਵਾਰੀ ਮੈਨੂੰ ਉੱਧਰ ਕਰ ਦੇਣਾ। ਅੰਮੀ ਮੇਰੇ ਕੋਲ ਬੈਠੀ ਚਲਾਨੀ 'ਚ ਹੁੱਕਾ ਗੁੜਕਾਉਂਦੀ ਪਈ ਹੁੰਦੀ। ਮੈਂ ਬਾਹਰੋਂ ਆਉਣਾ ਅਤੇ ਨਾਲ ਕਸਰ ਕੇ ਬਹਿ ਜਾਣਾ। ਅੰਮਾ ਨੇ ਮੇਰੀ ਮਾਂ ਨਾਲ ਗੱਲਾਂ ਕਰਦਿਆਂ ਜ਼ਰੀ ਜਿੰਨਾ ਵੀ ਅਜਕਣਾ ਅਤੇ ਮੈਂ ਆਪਣੀ ਖੋਤਰਾ ਖੋਤਰੀ ਛੋਹ ਦੇਣੀ। ਇੱਕ ਦਿਨ ਮੈਂ ਪੁੱਛਿਆ, ਅੰਮਾ ਤੁਸਾਂ ਜਬਰੂ ਨਿਜ਼ਾਮ ਇਹਨਾਂ ਅੱਖਾਂ ਨਾਲ ਹੀ ਵੇਖੇ ਸਨ? ਹਾਂ ਕਾਲੀ, ਸਗਮੀ ਹੈ ਇਹਨਾਂ ਅੱਖਾਂ ਨਾਲ, ਕੋਈ ਇੱਕ ਵਾਰੀ, ਹੁਣ ਤਾਂ ਚੇਤੇ ਹੀ ਨਹੀਂ ਕਿੰਨੀ ਕੁ ਵਾਰੀ ਡਿੱਠੇ। ਮੀਏ ਜੀ ਕੋਲ ਆਏ ਹੀ ਰਹਿੰਦੇ ਸਨ ਜਦੋਂ ਮੱਸਿਆ ਦੀਆਂ ਰਾਤਾਂ ਚੱਲਣੀਆਂ, ਉਹਨਾਂ ਫੇਰਾ ਰੱਖਣਾ ਅਕਸਰ ਇਕੱਲੇ ਇਕੱਲੇ, ਇਕੱਠੇ ਕਦੀ ਨਹੀਂ ਸਨ ਆਉਂਦੇ। ਅੰਮਾ, ਤੁਹਾਡੇ ਮੀਆਂ ਜੀ ਤਾਂ ਥਾਣੇਦਾਰ ਸਨ। ਆਹੋ, ਥਾਣੇਦਾਰ ਸਨ, ਵੱਡੇ ਥਾਣੇਦਾਰ, ਫਾਰਸੀ ਪੜ੍ਹੇ ਹੋਏ ਸਨ ਨਾ? ਪਰ ਅੰਮਾ, ਜਬਰੂ ਅਤੇ ਨਿਜ਼ਾਮ ਤਾਂ ਤੁਸੀਂ ਦੱਸਦੇ ਹੋ ਡਾਕੂ ਸਨ, ਬੜੇ ਵੱਡੇ, ਉਹਨਾਂ ਦੇ ਸਿਰਾਂ ਦੇ ਤਾਂ ਇਨਾਮ ਲੱਗੇ ਹੋਏ ਸਨ। ਮੀਆਂ ਜੀ ਉਹਨਾਂ ਨੂੰ ਫੜਦੇ ਕਿਉਂ ਨਹੀਂ ਸਨ? ਕਾਲੀ ਪੁੱਤਰ, ਡਾਕੂ ਅਤੇ ਉਹਨਾਂ ਨੂੰ ਅੰਗਰੇਜ਼ ਆਖਦੇ ਸਨ। ਉਹਨਾਂ ਨੂੰ ਅਤੇ ਹੋਰ ਵਰਿਆਮਾਂ ਨੂੰ ਡਾਕੂ ਦੱਸ ਕੇ ਉਹ ਆਪਣਾ ਅਤੇ ਆਪਣੇ ਝੋਲੀ ਚੁੱਕਾਂ ਦਾ ਪੜ ਬਣਾਉਂਦੇ ਸਨ। ਅਸਲ ਡਾਕੂ ਤਾਂ ਉਹ ਆਪ ਸਨ। ਮੀਆਂ ਜੀ ਸਾਡੇ ਇਹੋ ਦੱਸਦੇ ਸਨ ਸਾਨੂੰ, ਨਾਲ ਪੱਕੀ ਕਰਦੇ ਸਨ ਕਿਸੇ ਨਾਲ ਗੱਲ ਨਹੀਂ ਕਰਨੀ, ਨਹੀਂ ਤਾਂ ਅੰਗਰੇਜ਼ਾਂ ਜਿਉਂਦਿਆਂ ਨਹੀਂ ਛੱਡਣਾ, ਕਾਣ ਬੱਚਾ ਕੋਹਲੂ ਕਰ ਦੇਣਗੇ ਸਾਡਾ, ਅਸਾਂ ਆਪਣੇ ਆਪ ਨੂੰ ਸੂਤੀ ਰੱਖਣਾ।
ਅੰਮਾ ਤੁਸਾਂ ਉਹਨਾਂ ਨੂੰ ਇੰਨੀ ਵਾਰ ਵੇਖਿਆ, ਮੈਂ ਤੁਹਾਡੀਆਂ ਅੱਖਾਂ ਵੇਖਣਾ, ਮੈਨੂੰ ਉਹ ਦਿਸਦੇ ਤਾਂ ਨਹੀਂ ਵਿੱਚੋਂ, ਪਰ ਮੈਨੂੰ ਇਹ ਸਵਾਦ ਆਉਂਦਾ ਹੈ ਵੀ ਇਹਨਾਂ ਅੱਖਾਂ ਉਹਨਾਂ ਨੂੰ ਵੇਖਿਆ ਹੋਇਆ, ਕਦੀ ਉਹ ਵਿੱਚੋਂ ਦਿਸ ਵੀ ਪੈਣ ਨਾ। ਅੰਮਾ ਹੱਸੇ, ਕਾਲੀ ਉਹ ਅੱਖਾਂ ਤੂੰ ਚੇਤੇ 'ਚ ਜਾ ਲੱਥੇ ਨੇ ਅਤੇ ਉੱਥੋਂ ਲਫਜ਼ਾਂ ਵਿੱਚ ਆ ਗਏ ਹੋਏ ਨੇ, ਹੁਣ ਸਾਰੀ ਗੱਲ ਇਹਨਾਂ ਲਫਜ਼ਾਂ ਉੱਤੇ ਜਦੋਂ ਚੇਤੇ ਆਉਂਦੇ ਨੇ, ਚਤਰ ਬਣ ਕੇ ਅੱਖਾਂ ਮੂਹਰੇ ਆ ਜਾਂਦੇ ਨੇ ਅਤੇ ਲਫਜ਼ ਬਣ ਕੇ ਬੁੱਲਾਂ ਉੱਤੇ। ਮੈਂ ਤੈਨੂੰ ਗੱਲ ਸੁਣਾਈ ਸੀ ਨਾ ਉਹਨਾਂ ਦੀ। ਹਾਂ ਅੰਮਾ, ਅਤੇ ਕੀ ਲੱਗਾ ਸੀ ਤੈਨੂੰ? ਉਹ ਮੈਨੂੰ ਦਿਸਣ ਲੱਗ ਪਿਆ ਸਾਂ ਸਰਕਾਰੀ ਖਜ਼ਾਨੇ 'ਤੇ ਡਾਕਾਂ ਲੁੱਟਦੇ, ਸ਼ਾਹੂਕਾਰਾਂ ਦੀਆਂ ਵਹੀਆਂ ਫੂਕਦੇ, ਗਰੀਬਾਂ ਨੂੰ ਬੌੜਦੇ, ਤੁਹਾਡੇ ਬੋਲੇ ਲਫਜ਼ਾਂ ਨਾਲ ਮੂਰਤਾਂ ਜਗ ਪਈਆਂ ਸਨ ਮੇਰੇ ਚੇਤੇ ਵਿੱਚ ਟੁਰਦੀਆਂ ਫਿਰਦੀਆਂ। ਇੱਥੋਂ ਹੀ ਤਾਂ ਮੈਨੂੰ ਖਿਆਲ ਆਇਆ ਸੀ ਉਹਨਾਂ ਨੂੰ ਤੁਹਾਡੀਆਂ ਅੱਖਾਂ ਵਿੱਚ ਵੇਖਣ ਦਾ, ਪਰ ਉਹ ਤਾਂ ਮੇਰੀਆਂ ਅੱਖਾਂ ਵਿੱਚ ਟੁਰਦੇ ਫਿਰਦੇ ਸਨ ਕੰਨਾਂ ਵਿੱਚ ਤੁਹਾਡੇ ਲਫਜ਼ ਗੂੰਜਣ ਨਾਲ। ਪਰ ਅੰਮਾ ਇਹ ਨਹੀਂ ਦੱਸਿਆ ਤੁਸੀਂ ਉਹ ਮੀਏ ਕੋਲ ਕੀ ਲੈਣ ਆਉਂਦੇ ਸਨ। ਕਾਲੀ, ਮੀਏ ਹੋਰੀ ਉਹਨਾਂ ਨੂੰ ਪੁਲਿਸ ਤੋਂ ਚੌਕਸ ਰੱਖਦੇ ਸਨ, ਕਿੱਥੇ ਕਿੱਥੇ ਪੁਲਿਸ ਨੇ ਉਹਨਾਂ ਨੂੰ ਫੜਨ ਲਈ ਚੜ੍ਹਨਾ, ਸੂਹਿਆਂ ਨੇ ਕਿਹੜੀਆਂ ਕਿਹੜੀਆਂ ਸੂਹਾਂ ਕੱਢੀਆਂ ਨੇ ਉਹਨਾਂ ਦੀਆਂ, ਉਹਨਾਂ ਕਿਹੜੀਆਂ ਥਾਵਾਂ 'ਤੇ ਜਾਣਾ ਅਤੇ ਕਿਹੜੀਆਂ 'ਤੇ ਨਹੀਂ, ਉਹ ਫਿਰ ਆਪਣਾ ਸਾਮਾਂ ਕਰ ਲੈਂਦੇ ਸਨ। ਅੰਮਾ, ਮੀਏ ਹੋਰੀ ਤਾਂ ਫਿਰ ਉਹਨਾਂ ਨਾਲ ਰਲੇ ਹੋਏ ਸਨ ਨਾ? ਹਾਂ ਪੁੱਤਰ, ਉਹਨਾਂ ਦਾ ਪੱਖ ਕਰਨੀ ਇਮਾਨ ਸੀ। ਅੰਮੀ ਮੇਰੀ ਸਾਡੀ ਨਾਨੀ ਦੋਤਰੇ ਦੀ ਗੱਲ ਚੁੱਪ ਚਾਪ ਸੁਣਦੀ ਸੀ, ਉਹ ਰੋਟੀਆਂ ਪਕਾਉਂਦੀ ਪਕਾਉਂਦੀ ਹਾਂਡੀ ਵੇਖ ਲੈਂਦੀ, ਉਹਦਾ ਧਿਆਨ ਦੋਵਾਂ ਚੁੱਲ੍ਹਿਆਂ ਵਿੱਚ ਬਲਦੇ ਗੋਹਿਆਂ ਅਤੇ ਲੱਕੜਾਂ ਉੱਤੇ ਵੀ ਰਹਿੰਦਾ ਸੀ। ਮੀਆਂ ਜੀ ਬੜੇ ਇਮਾਨ ਵਾਲੇ ਬੰਦੇ ਸਨ, ਕਦੀ ਕਦੀ ਉਹਨਾਂ ਨੂੰ ਲੱਗਣਾ ਜਿਵੇਂ ਅੰਗਰੇਜ਼ ਅਫਸਰਾਂ ਨੂੰ ਉਹਨਾਂ 'ਤੇ ਸ਼ੱਕ ਹੋ ਗਿਆ ਜਬਰੂ ਨਿਜ਼ਾਮ ਦਾ। ਉਦੋਂ ਮੀਏ ਹੋਰੀ ਉਹਨਾਂ ਨੂੰ ਆਪਣੇ ਵੱਲ ਫੇਰਾ ਮਾਰਨ ਨੂੰ ਵਰੀ ਦਿੰਦੇ, ਇਹ ਸੁਨੇਹਾ ਉਹ ਕਿਸੇ ਹੱਥ ਨਹੀਂ ਸਨ ਕਲਦੇ, ਥਾਰ ਸੀ ਜਿੱਥੇ ਕੋਈ ਸ਼ਹਿਰ ਰੱਖਣ ਚੁੱਕਣ ਦੀ ਸਹਿਣਤ ਹੁੰਦੀ ਸੀ। ਅੱਛਾ ਕਾਲੀ, ਇਹ ਦੱਸ ਤੈਨੂੰ ਮੀਆਂ ਜੀ ਵੀ ਨਜ਼ਰ ਆਉਂਦੇ ਨੇ ਮੇਰੀਆਂ ਗੱਲਾਂ ਵਿੱਚੋਂ? ਆਹੋ ਅੰਮਾ, ਦਿਸਦੇ ਨੇ, ਜਿਵੇਂ ਜਿਵੇਂ ਤੁਹਾਡੀ ਸੁਣਾਈ ਗੱਲ ਚੇਤੇ 'ਚ ਉਤਰਦੀ ਹੈ, ਅੱਖਾਂ ਅੱਗੇ ਮੂਰਤ ਉੱਗੜਦੀ ਜਾਂਦੀ ਹੈ ਉਹਨਾਂ ਦੀ। ਮੀਏ ਹੋਰਾਂ ਨੂੰ ਅਖੀਰ ਅੰਗਰੇਜ਼ਾਂ ਨੇ ਫੜ ਲਿਆ, ਥੋੜ੍ਹੀ ਬਹੁਤ ਜ਼ਮੀਨ ਸੀ ਅਤੇ ਆਪਣਾ ਘਰ ਸਭ ਜ਼ਬਤ ਕਰ ਲਿਆ ਉਹਨਾਂ। ਅਖੇ ਇਹ ਅੰਗਰੇਜ਼ੀ ਸਰਕਾਰ ਦੇ ਵੈਰੀਆਂ ਨਾਲ ਰਲਿਆ ਹੈ, ਮੁਕੱਦਮਾ ਚੱਲਿਆ, ਕੁਝ ਵੀ ਸਾਬਤ ਨਾ ਹੋਇਆ, ਆਪੇ ਸ਼ਹਾਦਤੀ ਪਾ ਕੇ 2.5 ਵਰੇ ਕੈਦ, 5,000 ਜੁਰਮਾਨਾ ਅਤੇ ਨੌਕਰੀਓਂ ਬਰਖਾਸਤ ਕਰ ਦਿੱਤੋ। ਬੜਾ ਔਖਾ ਵੇਲਾ ਆ ਗਿਆ ਕਾਲੀ ਸਾਡੇ 'ਤੇ। ਮਾਂ ਸਾਡੀ ਹਿੰਮਤ ਵਾਲੀ ਸੀ, ਜ਼ਰੀ ਨਾ ਡੋਲੀ, ਭਰਾ ਤੂੰ ਹਿੱਸੇ 'ਤੇ ਪੈਲੀ ਲੈ ਲਈ ਉਸ ਚੌਥੇ 'ਤੇ, ਆਪ ਕੀਤੀ ਉਸ ਬਾਈ, ਸਾਨੂੰ ਸਾਰਿਆਂ ਨੂੰ ਨਾਲ ਲਾ ਕੇ। ਭਰਾ ਸਨ 3 ਮੈਥੋਂ ਵੱਡੇ, ਸਰੀਰ ਦੇ ਵਾਹਵਾ ਤਗੜੇ, ਬਣ ਗਏ ਮਾਂ ਦੀਆਂ ਬਾਹਾਂ। ਅਸੀਂ ਦੋ ਭੈਣਾਂ ਵੀ ਜਿੰਨੇ ਜੋਗੀਆਂ ਸਾਂ, ਮਾਂ ਨਾਲ ਹੱਥ ਵਟਾਉਂਦੀਆਂ। ਇਹ ਸਾਰੀ ਚੂਨੀਆਂ ਦੀ ਗੱਲ ਹੈ, ਅਸੀਂ ਉੱਥੋਂ ਦੇ ਹੀ ਤਾਂ ਸਾਂ। ਸੰਧੂ, ਜਬਰੂ ਨਿਜ਼ਾਮ ਲਈ ਅੰਗਰੇਜ਼ਾਂ ਸ਼ਾਹੂਕਾਰਾਂ, ਲੰਬਰਾਂ, ਸਫੈਦ ਪੋਸ਼ਾਂ, ਜ਼ੈਲਦਾਰਾਂ ਅਤੇ ਪੁਲਿਸਾਂ ਦੀਆਂ ਥਾਂ ਥਾਂ ਬੌਰਾਂ ਲਾ ਦਿੱਤੀਆਂ। ਉਹਨਾਂ ਦੇ ਜੁੱਟਾਂ ਵਿੱਚ ਕੱਚੇ ਪਿੱਲੇ ਬੰਦੇ ਵਾੜ ਦਿੱਤੇ ਉਹਨੇ, ਉੜਕ ਹੋਣੀ ਵਾਰ ਕਰ ਗਈ। ਪਹਿਲਾਂ ਜਬਰੂ ਮਾਰੇ ਉਹਨੇ, ਫਿਰ ਨਿਜ਼ਾਮ ਘੋੜੇ 'ਤੇ ਚੜ੍ਹਿਆ, ਸਿਰ 'ਤੇ ਕੜਾਹੀ ਧਰ ਕੇ ਪੁਲਿਸ ਦਾ ਘੇਰਾ ਤਰੁੜ ਕੇ ਨਿਕਲਦਾ, ਬੂਹੇ ਦੀ ਸਰਦਲ ਨਾਲ ਵੱਜ ਕੇ ਟੱਠਾ ਥਾਂ ਮਰ ਗਿਆ। ਜਬਰੂ ਦਾ ਆਉਂਦੇ ਨੇ ਮੁਲਾਜ਼ੇ ਵਿੱਚ ਦਿਲ ਕੱਢ ਕੇ ਤੋਲਿਓ ਨੇ ਤਾਂ 1.25 ਪੱਕੇ ਦਾ ਨਿਕਲਿਆ। ਅਸਲ ਵਿੱਚ ਜਵਾਨ ਹੀ ਡਿੱਗ ਸੀ,
ਆ ਪਹਾੜ ਜਿੱਡਾ ਕੱਦ, ਕਾਲਾ ਸ਼ਾਹ ਰੰਗ, ਟਿੰਡ ਕਰਾਈ ਹੁੰਦੀ ਸਾਸੂ, ਦੋਵਾਂ ਕੰਨਾਂ ਵਿੱਚ ਨੱਤੀਆਂ, ਜਾਮਣਾ ਦਾ ਨਾਈ ਸੀ, ਧਰਮ ਦਾ ਹਿੰਦੂ ਅਤੇ ਨਿਜ਼ਾਮ ਮੁਸਲਮਾਨ, ਨਹੀਂ ਹਿੰਦੂ ਮੁਸਲਮਾਨ ਕੋਈ ਨਾ, ਨਾਈ ਅਤੇ ਲੁਹਾਰ ਇੱਕਾ ਮੇਲ, ਨਿਜ਼ਾਮ ਗੋਰਿਆਂ ਦੀ ਪਲਟਣ ਛੱਡ ਆਇਆ ਸੀ, ਜਿਹੜੀ ਵੱਡੇ ਵੱਡੇ ਆਲਮਾਂ ਨੂੰ ਨਹੀਂ ਸੀ ਸੁੱਜੀ, ਇਹਨਾਂ ਪਾ ਲਈ ਸੀ, ਜੱਥੇ ਬੰਦ ਹੋ ਗਏ ਵੱਖਰਾ ਵੱਖਰਾ, ਅਤੇ ਨਾ ਹੀ ਨਹੀਂ ਸੀ ਬੋਲਦਾ ਉਹਨਾਂ ਦਾ, ਜਿਸ ਆਖਣਾ ਜਬਰੂ ਨਿਜ਼ਾਮ ਹੀ ਆਖਣਾ, ਮਜ਼ਹਬ ਸਣੇ ਜ਼ਾਲਮਾਂ ਨਾਲ ਲੜਨਾ, ਇਦੋਂ ਵੱਡਾ ਕਿਹੜਾ ਮਜ਼ਹਬ ਹੋ ਸਕਦਾ। ਅੰਮਾ ਚੁੱਪ ਕਰ ਗਈ। ਜ਼ਮਾਨੇ ਬੀਤ ਗਏ ਨੇ, ਮੈਂ ਆਪਣੀ ਅੰਮੀ ਦੀ ਉਸ ਵੇਲੇ ਦੀ ਉਮਰ ਟੱਪ ਕੇ ਆਪੋ ਅੰਮਾ ਦੀ ਉਮਰ ਨੂੰ ਅਪੜਿਆ ਖਲਾ ਹਾਂ। ਅੰਮਾ ਤੋਂ ਮਗਰੋਂ ਇਹੋ ਜਬਰੂ ਨਿਜ਼ਾਮ ਦੀ ਗੱਲ ਮੈਂ ਅੰਮੀ ਕੋਲੋਂ ਸੁਣਦਾ ਰਿਹਾ। ਜਦੋਂ ਉਹਨਾਂ ਨੂੰ ਵੇਖਣ ਨੂੰ ਦਿਲ ਕਰਦਾ, ਅੰਮੀ ਅਤੇ ਅੰਮਾ ਦੇ ਮੂੰਹੋਂ ਨਿਕਲੇ ਲਫ਼ਜ਼ ਚੇਤੇ ਕਰਨੇ ਛੋਹ ਦਿੰਦਾ, ਸਾਰਾ ਕੁਝ ਮੇਰੀਆਂ ਅੱਖਾਂ ਵਿੱਚ ਉਭਰ ਆਉਂਦਾ, ਮੇਰਾ ਆਪਣੀ ਬੋਲੀ ਉੱਤੇ ਪੱਕ ਹੋਰ ਦ੍ਰਿੜ ਹੋ ਜਾਂਦਾ। ਮੈਂ ਹੋਰ ਹਰ ਬੋਲੀ ਸਿੱਖ ਸਕਣਾ, ਪੜ੍ਹ ਸਕਣਾ, ਲੋੜ ਪਵੇ ਤਾਂ ਬੋਲ ਵੀ ਸਕਣਾ, ਪਰ ਚੇਤੇ ਮੇਰੇ ਵਿੱਚ ਚਿੱਤਰ ਆਪਣੀ ਬੋਲੀ ਹੀ ਵਿਖਾਲਦੀ ਏ। ਨਾਨੀ ਮੇਰੀ ਕਿੱਡੀ ਸੱਚੀ ਸੀ, ਕਹਿੰਦੀ ਸੀ ਆਪਣੇ ਲਫ਼ਜ਼ਾਂ ਰਾਹੀਂ ਜੋ ਤੂੰ ਸੁਣਿਆ, ਜੋ ਤੂੰ ਵੇਖਿਆ, ਉਹਨੂੰ ਜਿੰਨੀ ਵਾਰੀ ਚਾਹਵੇਂ ਵੇਖ ਸਕਣਾ, ਜਿਉਂਦਾ ਜਾਗਦਾ, ਬਸ ਲਫ਼ਜ਼ ਨਾ ਵਿਸਰਨ ਤੈਨੂੰ। ਲਫ਼ਜ਼ ਵਿਸਰੇ ਤਾਂ ਚੇਤਾ ਗੁਆਚ ਜਾਈਦਾ, ਚੇਤੇ ਬਿਨਾਂ ਤਾਂ ਬੰਦੇ ਦੀ ਜੜ ਬੁਨਿਆਦ ਹੀ, ਚੇਤੇ ਬਿਨਾਂ ਤਾਂ ਬੰਦੇ ਦੀ ਜੜ ਬੁਨਿਆਦ ਹੀ ਖੇ ਹੋ ਜਾਂਦੀ ਏ। ਅਸ ਉਸ ਅਜੋਕ ਭਲਕ ਕੀ ਵੇਖਣੀ ਏ। ਜਬਰੂ ਨਿਜ਼ਾਮ ਸਾਡਾ ਕਲੋਕ ਸਨ, ਉਹਨਾਂ ਬਿਨਾਂ ਨਾ ਹੁਣ ਇਹ ਨਾ ਅੱਗਾ।